ਗਊਸ਼ਾਲਾ ਨੂੰ ਤੁਰਿਓ ਤਾਂ ਦੋਨੇ ਮੀਆਂ ਬੀਬੀ ਝੂਠ ਬੋਲਦੇ ਆ। ਇੱਕ ਜਣਾ ਕਹਿੰਦੇ ਆ ਗੁਰਦੁਆਰੇ ਰੋਟੀ ਦੇ ਕੇ ਆਏ, ਦੂਜਾ ਕਹਿੰਦਾ ਗਊਸ਼ਾਲਾ ਚੱਲੇ ਆ। ਜੇਕਰ ਇਹ ਗਊਸ਼ਾਲਾ ਅੱਜ ਨਾ ਜਾਣ, ਬੀਬੀ ਮੂੰਹ ਪਰੇ ਰੱਖ, ਲੰਮੇ ਪੈ ਜਾਓ, ਲੰਮੇ ਹੋਰ ਨੂੰ ਕਰ ਲਓ, ਹੋਰ ਨੂੰ ਪਿੱਛੇ ਹੋਵੇ ਤਾਂ ਹੋਰ। ਕਰਫਿਊ ਕਾਰਨ ਬਟਾਲਾ ਦੀ ਮਾਰਕੀਟ ਪੂਰੀ ਤਰ੍ਹਾਂ ਬੰਦ ਹੈ, ਪਰ ਐਸਪੀ ਜਸਬੀਰ ਰਾਏ ਜਿੱਥੇ ਲੋਕਾਂ ਨੂੰ ਸਮਝਾਉਂਦੇ ਵੇਖੇ ਗਏ, ਉੱਥੇ ਹੀ ਕਈ ਲੋਕਾਂ ਨੂੰ ਤਾੜਨਾ ਵੀ ਕੀਤਾ। ਆਓ ਵੇਖਦੇ ਹਾਂ ਪੂਰੀ ਵੀਡੀਓ। ਕੋਈ ਗੱਲ ਨਹੀਂ, ਮੋਟਰ ਥੋੜੀ ਖੜਾ ਕਰ ਲਓ, ਇਹਨੂੰ ਥੱਲੇ ਉਤਰ ਜਾਓ, ਆਪਣੇ ਤੋਂ 2-2 ਮੀਟਰ ਦੀ ਦੂਰੀ ਬਣਾ ਲਓ। ਬੀਬੀ 2 ਮੀਟਰ ਕਿਹਾ ਮੈਂ, ਕਿੱਥੇ ਹੋ ਜਾ, ਵੱਖਰੇ ਵੱਖਰੇ ਹੋ ਜਾਓ, ਇੱਧਰ ਆ, ਇੱਧਰ ਖੜੀ ਹੋ। ਤੂੰ ਫੇਰ ਉਹਦੇ ਮਗਰ ਲੁਕੀ ਜਾਂਦੀ ਪਿੱਛੇ ਹੋ ਤੂੰ। ਤੁਸੀਂ ਚਾਹ ਪੀਣੀ, 11 ਵੱਜ ਗਏ, 11:30 ਹੋ ਗਏ, ਹੁਣ 11:30 ਹੋ ਗਏ, ਤੁਸੀਂ ਕਿੱਥੋਂ ਆਏ? ਉਹ ਬੀਬੀ, ਜੇਕਰ ਅਸੀਂ ਜਿੰਦੇ ਰਹਾਂਗੇ ਤਾਂ ਕੰਮ ਵੀ ਬਾਅਦ ਦੇ ਵਿੱਚ ਕਰ ਲਾਂਗੇ, ਇੱਥੇ ਹੀ ਖੜੀ ਰਹਿ। ਜੇਕਰ ਅਸੀਂ ਨਾ ਰਹੇ ਤਾਂ ਫਿਰ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਕੀ ਲੈਣਾ? ਦੱਸੋ, ਜਿਹੜੇ ਘਰ ਕੰਮ ਕਰਨ 'ਚ ਨਹੀਂ ਆ, ਕੀ ਪਤਾ ਉੱਥੇ ਬਿਮਾਰੀ ਹੋਵੇ। ਸਮਝੋ, ਸ਼ਹਿਰ ਨੂੰ ਬਚਾਓ, ਆਪਣੇ ਨਿਆਣਿਆਂ ਨੂੰ ਬਚਾਓ, ਮੁੜ ਜਾਓ ਆਪਣੇ ਆਪਣੇ ਘਰ ਨੂੰ। ਤਾਂ ਤੂੰ ਬੀਬੀ ਝੂਠੇ ਕੋਲ ਬੈਠਾ ਉੱਥੇ ਗਊਸ਼ਾਲਾ 'ਚ, ਇਸ ਵੇਲੇ ਦੁੱਧ ਦੇਣ ਤੈਨੂੰ 8 ਵਜੇ ਤੋਂ ਬਾਅਦ। ਅਸੀਂ ਮੰਨਦੇ ਨਹੀਂ, ਪਤਾ ਨਹੀਂ ਕਿਉਂ ਅਸੀਂ ਆਪਣੇ ਨਿਆਣਿਆਂ ਨੂੰ ਨਹੀਂ ਪ੍ਰੇਮ ਕਰਦੇ, ਆਪਣੇ ਆਪ ਨੂੰ ਨਹੀਂ ਕਰਦੇ, ਆਪਣੇ ਸ਼ਹਿਰ ਨੂੰ ਨਹੀਂ ਕਰਦੇ। ਜੇਕਰ ਅਸੀਂ ਇਹ ਕੰਮ ਨਹੀਂ ਕਰਨਾ ਤਾਂ ਫਿਰ ਕਿੱਥੇ ਘਰ? ਆ ਸਲਾਈਏ ਦੇ ਲਾਗੇ ਰਿਕੀ ਹੈ, ਦੂਰੋਂ ਦੇਖ ਲਓ, ਦੂਰੋਂ ਦਿਖਾਓ। ਕਾਹਦਾ ਇੰਜੈਕਸ਼ਨ ਲਗਾਇਆ? ਉਹ ਨਾ ਕੁੱਤੇ ਨੇ ਦੰਦ ਲਾਏ ਜੀ, ਉਹਦੇ ਕਰਕੇ ਨਾ ਲਗਾ। ਅੱਜ 24 ਤਰੀਕ, ਅੱਜ ਉਹ ਮੈਡਮ ਕਹਿੰਦੇ ਤੁਹਾਨੂੰ ਯਾਦ ਪਤਾ ਹੀ ਹੈ ਤਰੀਕ ਪਾਈ ਹੈ। ਕਰੋ ਗੱਲ, ਲੰਮੇ ਪੈ ਜਾਓ, ਲੰਮੇ ਹੋਰ ਨੂੰ ਕਰ ਲਓ, ਹੋਰ ਨੂੰ ਕਿੱਥੇ ਚੱਲੇ, ਕਿੱਥੋਂ ਆਏ, ਕਿਹੜੇ ਮਹੀਨੇ ਤੋਂ ਆਏ? ਅੱਛਾ ਜੀ, ਤੇ ਹੁਣ ਕਿੱਥੇ ਚੱਲੇ ਆ? ਘਰ ਚੱਲੇ ਆ। ਇਹ ਤਾਂ ਗਊਸ਼ਾਲਾ ਕਹਿੰਦਾ, ਗਊਸ਼ਾਲਾ ਹੁਣ ਇੱਧਰ ਵੀ ਜਾ। ਹਾਂ, ਇਹ ਦੇਖੋ ਬਈ, ਇਹ ਗਊਸ਼ਾਲਾ ਨੂੰ ਤੁਰਿਓ ਤਾਂ ਦੋਨੇ ਮੀਆਂ ਬੀਬੀ ਝੂਠ ਬੋਲਦੇ ਆ। ਇੱਕ ਜਣਾ ਕਹਿੰਦੇ ਆ ਗੁਰਦੁਆਰੇ ਰੋਟੀ ਦੇ ਕੇ ਆਏ, ਦੂਜਾ ਕਹਿੰਦਾ ਗਊਸ਼ਾਲਾ ਚੱਲੇ ਆ। ਜੇਕਰ ਇਹ ਗਊਸ਼ਾਲਾ ਅੱਜ ਨਾ ਜਾਣ, ਬੀਬੀ ਮੂੰਹ ਪਰੇ ਰੱਖ। ਔਰ ਇਹਨਾਂ ਦੋਵਾਂ ਜਿਹੜਿਆਂ ਨੇ 50-50 ਸਾਲ ਦੇ ਨੇ, ਇਹ ਦੋਨਾਂ ਨੇ ਮੂੰਹ ਨਹੀਂ ਬੰਨਿਆ, ਬਿਮਾਰੀ ਫੈਲਾ ਸਕਦੇ, ਕੀ ਪਤਾ ਇਹਨਾਂ ਨੂੰ ਲੱਗੀ ਹੋਵੇ। ਇਸ ਕਰਕੇ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ, ਪਰ ਲੋਕ ਨਹੀਂ ਟਲਦੇ, ਨਹੀਂ ਹਟਦੇ। ਗਊਸ਼ਾਲਾ ਦੇ ਵਿੱਚ ਮੁਲਾਜ਼ਮ ਲੱਗੇ ਆ, ਉਹਨਾਂ ਉਹ ਪੱਠੇ ਪਾਉਂਦੇ ਆ। ਜੇ ਤੁਸੀਂ ਗਊਸ਼ਾਲਾ ਨਾ ਜਾਓਗੇ ਤਾਂ ਗਾਵਾਂ ਭੁੱਖੀਆਂ ਮਰਨ ਲੱਗੀਆਂ। ਚਲੋ ਨਹੀਂ ਜਾਂਦੇ, ਹੈਂ, ਫਿਰ ਤੁਸੀਂ ਮੂੰਹ ਵੀ ਨਹੀਂ ਬੰਨੇ ਦੋਨਾਂ ਜਣਿਆਂ ਨੇ? ਢੱਕਿਆ ਤਾਂ ਤੇਰੇ ਘਰ ਵਾਲੇ ਨੇ ਢੱਕਿਆ, ਤੂੰ ਹੁਣ ਨੰਗਾ ਕੀਤਾ ਮੂੰਹ, ਅਸੀਂ ਨੰਗਾ ਕਰਦੇ ਹਾਂ, ਡਿਊਟੀ ਕਰਦੇ ਹਾਂ, ਤੇਰਾ ਦਿਮਾਗ ਕਿੱਥੇ? ਝੂਠਾ, ਗੁੱਡ, ਝੂਠ ਤਾਂ ਨਾ ਬੋਲੋ। ਬਿਲਕੁਲ, ਅਸੀਂ ਕਰਫਿਊ ਉਲੰਘਣਾ ਕਰਨ ਵਾਲੇ ਘੱਟੋ ਘੱਟ 25-30 ਬੰਦੇ ਅਸੀਂ ਅਰੈਸਟ ਨਹੀਂ ਕੀਤੇ, ਡਿਟੇਨ ਕੀਤੇ ਨੇ ਜਿੱਥੇ ਅਸੀਂ ਬੈਠੇ ਨੇ, ਉਹਨਾਂ ਰੱਖਿਆ। ਕਿਉਂਕਿ ਅਸੀਂ ਚਾਹੁੰਦੇ ਆ ਵੀ ਪਰਚੇ ਰਜਿਸਟਰ ਕਰਨ ਨਾਲ ਨਹੀਂ ਸਾਡਾ ਮਕਸਦ ਹੱਲ ਹੁੰਦਾ, ਸਾਡਾ ਮਕਸਦ ਹੱਲ ਹੁੰਦਾ ਅਵੇਅਰਨੈਸ, ਇਹਨਾਂ ਨੂੰ ਰੋਕ ਕੇ ਦੱਸਣਾ, ਇਹਨਾਂ ਨੂੰ ਅਹਿਸਾਸ ਕਰਾਉਣਾ, ਫਿਰ ਇਹਨਾਂ ਨੂੰ ਕਸਮ ਪਾ ਕੇ ਉਸ ਮੌਕੇ ਤੋਂ ਭੇਜਿਆ ਜਾਂਦਾ। ਸਵੇਰੇ ਅਸੀਂ ਭੇਜੇ ਵੀ ਆ ਕਾਫੀ ਲੋਕ, ਉਹਨਾਂ ਨੂੰ ਮਤਲਬ ਮੈਂ ਵੀ ਸਹੁੰ ਪਾ ਕੇ, ਸਾਡਾ ਉਪਰਾਲਾ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਅਸੀਂ ਘਰਾਂ 'ਚ ਵਾੜੀਏ, ਤਾਂ ਜੋ ਜਿਹੜੀ ਕਰੋਨਾ ਨਾਂ ਦੀ ਨਾਮਰਾਦ ਬਿਮਾਰੀ ਉਹਨੂੰ ਅਸੀਂ ਘਰ ਕੱਢ ਸਕੀਏ। ਪਰ ਇਸ ਅਲਾਵਾ ਕੀ ਕਾਰਵਾਈ ਕੀਤੀ ਜਾ ਰਹੀ ਜਦ ਨਹੀਂ? ਹੋਰ ਤੋਂ ਇਲਾਵਾ ਅਸੀਂ ਇਹ ਆ ਵੀ ਜਿੰਨੇ ਵੀ ਸਾਨੂੰ ਹੁਣ ਬੰਦੇ ਤੁਰੇ ਫਿਰਦੇ ਮਿਲਣਗੇ, ਅਸੀਂ ਉਹਨਾਂ ਨੂੰ ਡਿਟੇਨ ਕਰਾਂਗੇ, ਡਿਟੇਨ ਕਰਕੇ ਜੇਕਰ ਬਣਦੀ ਕਾਰਵਾਈ ਉਹ ਕਰਾਂਗੇ, ਨਹੀਂ ਤਾਂ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡਾਂਗੇ ਅਸੀਂ। ਠੀਕ।